हलका मजीठा के पिंड अठवाल विच उस वक्त कुदरत दा कहर वेखण नूं मिलिया जदों आसमानी बिजली डिगण नाल किसान दा ट्यूबल वाला कमरा सारे समान समेत सड़ के राख हो गया। यह घटना उस वक्त सामने आई जदों बिजली डिगण नाल ट्यूबल ते बने कमरे नूं अग लग गई, जिस नाल कमरा पूरी तरह सड़ के राख हो गया। कुदरती आफत दा शिकार होए किसान दा कहना है कि जिस वक्त आसमानी बिजली नाल अग लगी उस वक्त कमरे विच टमाटर रखण वाले प्लास्टिक दे 400 दे लगभग क्रेट अते यूरिया दीआं 5 बोरियां रखियां होईआं सन। इस मौके उन्हां दा कहना है कि उन्हां दा कोई जानी नुकसान नहीं होया पर 2-2.5 लख दा नुकसान हो गया। वीर जी, मेरा नाम तनवीरपाल सिंह, पिंड अठवाल, तहसील मजीठा, जिला अमृतसर। बोरियां पिया, खादियां, स्प्रे पंप पिया, स्टार्टर मेरा सड़ के वीर जी सवाह हो गया, नाल कुर्सी ही को मंजी पई। किदां लगी अग? यह वीर जी आसमानी बत्ती नाल लगी अग, लाइट बाहरली बिलकुल बंद ही। उदो ਬੋਰੀਆਂ ਖਾ ਦੀਆਂ ਵਾ, ਬਾਕੀ ਸਟਾਰਟਰ ਸੜ ਕੇ ਸਵਾਹ ਹੋ ਗਿਆ ਵਾ। 5-6 ਹਜ਼ਾਰ ਦਾ ਸਟਾਰਟਰ ਪੈ ਜਾਂਦਾ ਵਾ, ਗੁਰੇਪ ਸਟਾਰਟਰ ਮਹਿੰਗੇ ਆ। ਮੋਟਰ ਵਗੈਰਾ? ਮੋਟਰ ਵੱਜ ਗਈ, ਜੋ ਮੋਟਰ ਬਾਹਰ ਹੀ ਟ੍ਰਾਂਸਫਾਰਮ ਨੂੰ ਨੁਕਸ ਗਿਆ, ਕਮਰਾ ਥੜਾ ਸੜ ਕੇ ਸਵਾਹ ਹੋ ਗਿਆ ਜੀ। ਹਾਂਜੀ, ਕੁੱਲ ਮਿਲਾ ਕੇ ਭਾਅ ਜੀ ਮੇਰਾ ਨੁਕਸਾਨ 2-2.5 ਲੱਖ ਦਾ ਹੋ ਗਿਆ। ਨਾਲ ਸਮਾਂ ਵੇਖੋ ਕਿਹੋ ਜਿਹਾ ਚੱਲਣ ਡਿਆ, ਕਰੋਨਾ ਕਾਲ ਆ, ਮੈਂ ਤਾਂ ਆਪਣੇ ਘਰ ਦੇ ਗੁਜ਼ਾਰੇ ਹੋਣ ਡੇ ਆ, ਅਤੇ ਇਹ ਕਰਕੇ ਮੈਨੂੰ ਕੁਦਰਤੀ ਆਫਤ ਨਾਲ ਮੇਰਾ ਨੁਕਸਾਨ ਹੋਇਆ। ਪ੍ਰਸ਼ਾਸਨ ਤੋਂ ਕੁਝ ਮੰਗ ਕਰਦੇ? ਹਾਂ, ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦਾ ਵੀ ਮੇਰਾ ਨੁਕਸਾਨ ਜਿਹੜਾ ਵਾ ਉਹ ਪ੍ਰਸ਼ਾਸਨ ਦੇਵੇ, ਮੇਰੀ ਕੋਈ ਨਾ ਕੋਈ ਮਾਲੀ ਮਦਦ ਕੀਤੀ ਜਾਵੇ, ਮੈਂ ਸਰਕਾਰ ਦਾ ਬਹੁਤ ਧੰਨਵਾਦ ਹੋਵਾਂਗਾ। ਮੇਰਾ ਨਾਮ ਜਗਰੂਪ ਸਿੰਘ, ਪਿੰਡ ਅਠਵਾਲ। ਜਗਰੂਪ ਸਿੰਘ ਜੀ, ਇਹ ਕੀ ਘਟਨਾ ਹੋਈ ਜਿਹੜੀ ਤੁਸੀਂ ਵੇਖੀ ਆ? ਇਹ ਘਟਨਾ ਅੱਜ ਸਵੇਰੇ ਜਦੋਂ 10 ਵਜੇ ਦੇ ਕਰੀਬ ਬਿਜਲੀ, ਅਸਮਾਨੀ ਬਿਜਲੀ ਚਮਕੀ ਆ, ਬੜੇ ਜ਼ੋਰ ਨਾਲ ਖੜਾਕ ਵੀ ਹੋਇਆ ਵਾ, ਅਤੇ ਇਹਨਾਂ ਦੀ ਇਹ ਮੋਟਰ ਦੇ ਵਿੱਚ ਇੱਥੇ ਅੰਦਰ ਸਟਾਰਟਰ ਨੂੰ ਇਹ ਬਿਜਲੀ ਪਈ ਆ, ਅਤੇ ਉਸ ਤੋਂ ਬਾਅਦ ਪਹਿਲਾਂ ਸਟਾਰਟਰ ਨੂੰ ਅੱਗ ਲੱਗੀ ਆ, ਅਤੇ ਥੱਲੇ ਇਹਨਾਂ ਦੇ ਸਬਜ਼ੀ ਵਾਲੇ ਕਰੇਟ ਪਏ ਸੀ, ਕੋਈ 400 ਦੇ ਕਰੀਬ ਕਰੇਟ ਸੀ, ਅਤੇ ਸਟਾਰਟਰ ਤੋਂ ਅੱਗ ਲੱਗਣ ਤੋਂ ਬਾਅਦ ਉਹਨਾਂ ਕਰੇਟਾਂ ਨੂੰ ਅੱਗ ਲੱਗ ਗਈ ਆ, ਜਿਹੜਾ ਕਿ ਬਹੁਤ ਬਹੁਤ ਹੀ ਭੰਬਾਕਾ ਵੱਡਾ ਜਿਹੜਾ ਮੱਚਿਆ। ਜਦੋਂ ਪਿੰਡ ਪਤਾ ਲੱਗਾ, ਇੱਥੋਂ ਪਿੰਡੋਂ ਬੰਦੇ ਆਏ ਆ, ਅਤੇ ਇਹ ਵੇਖਿਆ ਵੀ ਇਹ ਬੁੱਝ ਨਹੀਂ ਸਕਦੀ, ਥੋੜ੍ਹਾ ਜਿਹਾ ਡਰ ਵੀ ਆਉਂਦਾ ਸੀ ਵੀ ਅੱਗ ਬਹੁਤ ਜ਼ਿਆਦਾ ਵਾ, ਕਿਤੇ ਕੋਈ ਕਿਸੇ ਦਾ ਜਾਨੀ ਮਾਲੀ ਜਾਨੀ ਨਾਲ ਨੁਕਸਾਨ ਨਾ ਹੋ ਜਾਵੇ। ਅੱਗ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਇੱਥੇ ਸਾਡੀ ਕੋਈ ਵਾਹ ਨਹੀਂ ਚੱਲੀ, ਅਸੀਂ ਇੱਥੇ ਪਿੰਡੋਂ ਬਾਲਟੀਆਂ ਵਗੈਰਾ ਸਭ ਕੁਝ ਲੈ ਕੇ ਆਏ ਹਾਂ, ਪਰ ਸਾਡੀ ਇੱਥੇ ਕੋਈ ਜ਼ੋਰ ਨਹੀਂ ਚੱਲਿਆ। ਪਿੰਡ ਤੋਂ ਕਿੰਨੀ ਦੂਰੀ 'ਤੇ ਆ? ਪਿੰਡ ਤੋਂ ਤਕਰੀਬਨ 1.5 ਕਿਲੋਮੀਟਰ ਦੂਰ 'ਤੇ ਆ। ਅਤੇ ਕੋਈ ਲਾਗੇ ਬੰਦਾ ਬੁੰਦਾ ਵੀ ਕੋਈ ਕੰਮ ਕਰਨ ਡਿਆ ਕਿ ਜਾਂ ਕੋਈ? ਨਹੀਂ ਜੀ ਨਹੀਂ, ਬਾਰਿਸ਼ ਕਰਕੇ ਬੰਦੇ ਸਾਰੇ ਘਰਾਂ ਦੇ ਵਿੱਚ ਹੀ, ਇੱਥੋਂ ਤਾਂ ਰਾਹਗੀਰ ਨੇ ਜਾ ਕੇ ਪਿੰਡ ਦੱਸਿਆ, ਅਤੇ ਫਿਰ ਜਾ ਕੇ ਉੱਥੇ ਪਤਾ ਲੱਗਾ ਵੀ ਇਹ ਤਾਂ ਉੱਥੇ ਅੱਗ ਲੱਗੀ ਹੋਈ ਆ, ਫਿਰ ਉੱਥੋਂ ਪਿੰਡ ਬੰਦੇ ਦੌੜੇ ਇੱਧਰ ਨੂੰ ਆਣ ਕੇ ਵੇਖਿਆ, ਪਰ ਸਾਡਾ ਇੱਥੇ ਕੋਈ ਜ਼ੋਰ ਨਹੀਂ ਚੱਲਿਆ, ਅੱਗ ਬਹੁਤ ਜ਼ਿਆਦਾ ਤੇਜ਼ ਸੀ। ਅਸੀਂ ਮੰਗ ਕਰਦੇ ਹਾਂ ਵੀ ਇਹ ਜ਼ਿਮੀਦਾਰ ਮਿਹਨਤੀ ਜ਼ਿਮੀਦਾਰ ਆ, ਅਤੇ ਪ੍ਰਸ਼ਾਸਨ ਇਹਨਾਂ ਦੀ ਜ਼ਰੂਰ ਵੱਧ ਤੋਂ ਵੱਧ ਮਦਦ ਕਰੇ। ਇਹਨਾਂ ਦਾ ਜਿਹੜਾ ਇਹ 2-2.5 ਲੱਖ ਦਾ ਇੱਥੇ ਖਰਚਾ, ਮਤਲਬ ਵੀ ਇਹਨਾਂ ਦਾ ਨੁਕਸਾਨ ਹੋਇਆ ਵਾ, ਅਤੇ 2-2.5 ਲੱਖ ਕੋਈ ਇਹਨਾਂ ਦੀ ਪੂਰਤੀ ਹੋਵੇ ਕਿ ਜਿਹੜਾ ਘਰ ਦਾ ਗੁਜ਼ਾਰਾ, ਮਸਾਂ ਇਹਨਾਂ ਦਾ ਖੇਤੀ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ, ਅਤੇ ਜ਼ਰੂਰ ਇਹਨਾਂ ਦੀ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਮਦਦ ਜ਼ਰੂਰ ਕੀਤੀ ਜਾਵੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।